بسم اللہ الرحمن الرحیم۔ السلام علیکم دوستو، امید ہے سب دوست سب بھائی خیریت نال ہو رہے۔ دوستو میں عمران اسلم وڑیچ، تسی ویکھ رہے ہو اپنا مویشی منڈی ٹی وی۔ جی دوستو، اج صبح صبح تہاڈے واسطے انشاءاللہ دو جانوراں دی ویڈیو لے کے حاضر ہوواں گے، تے انشاءاللہ اور بھی تہانوں برائے فروخت بھی اج جانور دکھاں دے انشاءاللہ انشاءاللہ جے اللہ پاک دا حکم ہے۔ دوستو اے گاں لئی چودھری غلام صاحب نے جی، ਅਤੇ ਅੱਲਾ ਪਾਕ ਉਹਨਾਂ ਨਸੀਬ ਕਰੇ ਜੀ ਚੋਣੀ ਪੀਣੀ ਚੁਗਣੀ ਦੇ, ਅੱਲਾ ਪਾਕ ਉਹਨਾਂ ਦੇ ਸਾਹ ਲੰਮੇ ਕਰੇ ਜੀ ਚੌਧਰੀ ਗੁਲਾਮ ਕਾਦਰ ਸਾਹਿਬ ਜੀ। ਅਤੇ ਬਾਕੀ ਗੱਲਾਂ ਦੋਸਤੋ ਨਸੀਬ ਦੀਆਂ ਗਾਂ ਦੇ, ਮਗਰ ਵੱਛੀ ਚੰਗੀ ਹੈ ਗਾਂ, ਸਾਊ ਸੀਲ ਬੜਾ ਸੋਹਣਾ ਜਾਨਵਰ ਹੈ। ਸਿਰਫ ਮੈਂ ਘਰ ਵਾਲਿਆਂ ਨੇ ਕਿਹਾ ਸੀ, ਮੈਂ ਕਿਹਾ ਚਲੋ ਇੱਕ ਵਾਰੀ ਨਾ ਥਾਣਾ ਪਾਸ ਦੀ ਵੀਡੀਓ ਬਣਾ ਛੱਡਿਓ, ਕਿਹਾ ਥਣ ਗਾਂ ਦੇ ਪਾਸ ਨੇ ਸਾਫ਼ ਸੁਥਰੇ ਨੇ। ਫਿਰ ਵੀ ਜਾਇਜ਼ ਦੀ ਗੱਡੀ ਇਨਸ਼ਾਅੱਲਾ, ਅਤੇ ਉੱਥੇ ਵੀ ਤੁਹਾਡੇ ਮਾਲਕਾਂ ਨੂੰ ਵੀ ਤੁਹਾਡੇ ਘਰ ਜਿਹੜਾ ਜੀ ਹੋਇਆ ਉਹਨਾਂ ਨੂੰ ਕਹਿ ਦੀ ਆ ਜਾਓ ਭਾਂਡਾ ਲੈ ਆਓ, ਅਤੇ ਆਪਣੀ ਗਾਂ ਦੇ ਫਿਰ ਵੀ ਥਣ ਪਾਸ ਕਰ ਲਓ। ਅਤੇ ਅਗਾਂ ਆਉਂਦੇ ਨੇ ਦੋਸਤੋ ਨਸੀਬ, ਅਤੇ ਖੈਰ ਹੋਵੇ, ਅੱਲਾ ਪਾਕ ਖੈਰ ਕਰੇ। ਅੱਜ ਹੀ ਮੈਂ ਕਿਹਾ ਹੋਵੇ, ਮੈਂ ਕਿਹਾ ਸਾਹਿਬ ਜਿਹੜਾ ਜਾਨਵਰ ਜਾਵੇ ਜਿਹੜਾ ਸੂਇਆ ਹੋਵੇ ਵਗਦਾ ਹੋਵੇ ਉੱਥੇ ਪਾਸ ਹੋ ਜਾਏਗਾ। ਜੇ ਇੱਥੇ ਕਰ ਸਕੋ ਤਾਂ ਵੀ ਵੀਡੀਓ ਬਣਾ ਕੇ ਛੋਟੀ ਜਿਹੀ ਨਾ, ਚਲੋ ਕਿ ਇਤਿਆਤਨ। ਬਾਕੀ ਗੱਲਾਂ ਦੋਸਤੋ ਅੱਲਾ ਪਾਕ ਖੈਰ ਕਰੇ, ਅੱਲਾ ਪਾਕ ਬਿਹਤਰ ਕਰੇ ਜੀ। ਬਿਹਤਰੀ ਦੀ ਉਮੀਦ ਰੱਖਣੀ ਚਾਹੀਦੀ ਹੈ, ਅਤੇ ਦੁਆ ਮੰਗਣੀ ਚਾਹੀਦੀ, ਅੱਲਾ ਪਾਕ ਅੱਗੇ ਅਰਜ਼ ਵੀ ਕਰਨੀ ਚਾਹੀਦੀ। ਅਤੇ ਬਹੁਤ ਅੱਛਾ ਅਤੇ ਬਹੁਤ ਸੀਲ ਸਾਊ ਅਤੇ ਮੁਨਾਸਬ ਕੀਮਤ ਦਾ ਜਾਨਵਰ ਹੈ, ਬਹੁਤ ਮੁਨਾਸਬ ਕੀਮਤ ਦੀ ਗਾਂ ਜੀ। ਅਤੇ ਅੱਲਾ ਪਾਕ ਇਹਨਾਂ ਨਸੀਬ ਕਰੇ ਜੀ, ਅੱਲਾ ਪਾਕ ਚੋਣੀ ਪੀਣੀ ਚੁਗਣੀ ਦੇਣ ਜੀ ਇਨਸ਼ਾਅੱਲਾ ਜੀ ਇਨਸ਼ਾਅੱਲਾ। ਅੱਜ ਗਾਂ ਲੋਡ ਹੋ ਜਾਏ ਜੀ, ਫਿਰ ਉਹ ਲੋਡ ਦੀ ਵੀ ਵੀਡੀਓ ਨਾਲ ਮੈਂ ਇਸਦੇ ਲਾਂ ਦਾ ਇਨਸ਼ਾਅੱਲਾ ਆਖਰ 'ਤੇ। ਅਤੇ ਇਹ ਸਿਰਫ ਭਾਈ ਹੋਰਾਂ ਵਾਸਤੇ ਚਵਾਈ ਥੋੜ੍ਹੀ, ਮੈਂ ਕਿਹਾ ਕਿ ਚਲੋ ਗਾਂ ਦੀ ਤਾਰ ਸ਼ਾਰ ਚੈੱਕ ਕਰਾ ਛੱਡਿਓ ਭਾਈ ਹੋਰਾਂ ਨੂੰ। ਉਹਨਾਂ ਤਾਂ ਨਹੀਂ ਕਿਹਾ, ਯਕੀਨ ਮੰਨੋ ਮੈਂ ਕਹਾਂ, ਉਹਨਾਂ ਮੈਨੂੰ ਕਿਹਾ ਕਿ ਕੋਈ ਐਸੀ ਗੱਲ ਬਾਤ ਜੇ ਵੋ, ਉਹਨਾਂ ਹੈ ਗਾਂ ਤੋੜ ਛੱਡੋ ਉੱਧਰ। ਅਤੇ ਠੀਕ ਹੈ ਜੀ, ਮਿਹਰਬਾਨੀ ਭਾਈ ਹੋਰਾਂ ਦੀ। ਅਤੇ ਬਾਕੀ ਖੈਰ ਹੋਵੇ, ਖੁਸ਼ ਰਹਿਣ ਦਿੰਦੇ ਵਸਦੇ ਰਹਿਣ, ਸਾਡਾ ਕੰਮ ਹੀ ਇੱਕ ਵਾਰੀ ਚਵਾਈ ਕਰਾ ਕੇ ਤਾਂ ਤੋਰਨੀ। ਅਤੇ ਬਾਕੀ ਖੈਰ ਹੋਵੇ ਦੋਸਤੋ। ਦੋਸਤੋ ਆਪਣੇ ਚੈਨਲ ਨੂੰ ਮਵੇਸ਼ੀ ਮੰਡੀ ਟੀ ਵੀ ਨੂੰ ਲਾਈਕ ਕਰ ਲਓ, ਸਬਸਕ੍ਰਾਈਬ ਕਰ ਲਓ, ਤਾਂ ਕਿ ਤੁਹਾਡੇ ਤੱਕ ਸਾਡੇ ਮਜ਼ੀਦ ਜਾਨਵਰਾਂ ਦੀ ਵੀਡੀਓ ਪਹੁੰਚਦੀਆਂ ਰਹਿਣ। ਅਤੇ ਬਾਕੀ ਇਨਸ਼ਾਅੱਲਾ ਤੁਹਾਡੇ ਨਾਲ ਗੱਪਸ਼ੱਪ ਹੁੰਦੀ ਰਹੇ ਜੀ, ਹੁੰਦੀ ਰਹਿਣੀ ਹੈ। ਖੈਰ ਹੋਵੇ ਦੋਸਤੋ। ਸਾਡੇ ਨੰਬਰ ਦੇ 0341-692-3205 0341-692-3205 ਇੱਕ ਜਾਇਜ਼ ਦਾ ਨੰਬਰ ਹੈ 0 ਪੂਰਾ 300-896-3690 0 ਪੂਰਾ 300-896-3690 ਦੋਸਤੋ ਮੇਰਾ ਬਾਹਰ ਦਾ ਨੰਬਰ ਹੈ 0096-658-050-53-83 0-58-050-53-83 ਦੋਸਤੋ ਇਹ ਮੇਰੇ ਬਾਹਰ ਦਾ ਨੰਬਰ ਹੈ। 3 ਨੰਬਰ ਨੇ, ਇਹਨਾਂ ਤਿੰਨਾਂ 'ਤੇ ਵਟਸਐਪ ਈਮੋ ਬਣੇ ਆ ਦੋਸਤੋ। ਤੁਸੀਂ ਕੋਈ ਵੀ ਮਾਲੂਮਾਤ ਜਾਂ ਗੱਲਬਾਤ ਪੁੱਛਣਾ ਦੱਸਣਾ ਚਾਹੋ ਰਾਬਤਾ ਕਰ ਸਕਦੇ ਹੋ ਦੋਸਤੋ। ਉਸ ਤੋਂ ਇਲਾਵਾ ਤੁਹਾਨੂੰ ਸਾਡੇ ਚੈਨਲ ਤੋਂ ਕੋਈ ਵੀ ਜਾਨਵਰ ਪਸੰਦ ਆ ਜਾਂਦਾ ਦੋਸਤੋ, ਤੁਸੀਂ ਉਹਦਾ ਸਕਰੀਨਸ਼ਾਟ ਲੈ ਲਓ ਜੀ, ਉਹਦੀ ਗੱਲਬਾਤ ਦੱਸੋ, ਇਮਰਾਨ ਇਹ ਜਾਨਵਰ ਹੈ, ਇਹ ਅਸੀਂ ਲੈਣਾ ਚਾਹੁੰਦੇ ਹਾਂ ਜੀ, ਅੱਜ ਕੀ ਗੱਲਬਾਤ ਹੈ। ਉਹ ਫਿਰ ਮੈਂ ਤੁਹਾਡੇ ਨਾਲ ਇਨਸ਼ਾਅੱਲਾ ਵਟਸਐਪ 'ਤੇ ਮਜ਼ੀਦ ਜਿਹੜਾ ਵੀ ਲਾਹੇ ਅਮਲ ਹੋਵੇ ਦਾ ਉਹ ਅਸੀਂ ਫਾਈਨਲ ਕਰ ਲਾਂਗੇ, ਕੀਮਤ ਵੀ ਫਾਈਨਲ ਹੋ ਜਾਂਦੀ ਹੈ। ਬਾਕੀ ਕਿਵੇਂ ਪਹੁੰਚਾਉਣਾ, ਤੁਸਾਂ ਕਿਵੇਂ ਪੈਸੇ ਦੇਣੇ ਨੇ, ਅਸਾਂ ਕਿਵੇਂ ਲੈਣੇ ਨੇ, ਬਾਕੀ ਗੱਲਬਾਤ ਹੋ ਜਾਂਦੀ ਹੈ। ਅਤੇ ਫਿਰ ਵੀ ਮੈਂ ਦੱਸਦੇ ਹਾਂ ਦੋਸਤੋ, ਤੁਹਾਨੂੰ ਕੋਈ ਵੀ ਜਾਨਵਰ ਪਸੰਦ ਆਵੇ ਉਹਦਾ ਸਕਰੀਨਸ਼ਾਟ ਲੈ ਲਓ ਜਾਂ ਉਹਦੀ ਹੋਰ ਜਿਹੜੀ ਡਿਟੇਲ ਹੈ ਉਹ ਲੈ ਕੇ ਮੈਨੂੰ ਵਟਸਐਪ ਕਰ ਦਿਓ ਕਿ ਇਮਰਾਨ ਇਹ ਜਾਨਵਰ ਅਸੀਂ ਖਰੀਦਣਾ ਚਾਹੁੰਦੇ ਹਾਂ ਜਾਂ ਸਾਡੇ ਘਰ ਪਹੁੰਚਾ ਦਿਓ। ਉਹ ਮੇਰਾ ਭਾਈ ਤੁਸਾਂ ਪੈਸੇ ਅੱਜ ਉਹਨਾਂ ਦੇ ਅਕਾਊਂਟ 'ਚ ਟ੍ਰਾਂਸਫਰ ਕਰਨੇ ਨੇ, ਠੀਕ ਹੋ ਗਿਆ, ਰਸੀਦ ਉਹਦੀ ਮੈਨੂੰ ਤੁਸਾਂ ਭੇਜ ਦੇਣੀ, ਕਿਹਾ ਅਸੀਂ ਪੈਸੇ ਟ੍ਰਾਂਸਫਰ ਕਰ ਆਏ ਹਾਂ। ਅਤੇ ਫਿਰ ਜਿਵੇਂ ਜਿਹੜਾ ਨਿਲਾਮ ਹੋਇਆ ਫਿਰ ਇਨਸ਼ਾਅੱਲਾ ਤੁਹਾਡਾ ਜਾਨਵਰ ਤੁਹਾਡੇ 'ਤੇ ਪਹੁੰਚੇਗਾ। ਤੁਸੀਂ ਆਪਣੇ ਨੰਬਰ ਦਿਓ ਦੇ ਉੱਥੇ ਦੇ ਐਡਰੈਸ ਮੁਕੰਮਲ ਦਿਓ ਦੇ, ਅਤੇ ਜਿਸ ਟਾਈਮ ਸਾਡੇ ਕੋਲ ਪੇਮੈਂਟ ਤੁਹਾਡੀ ਆ ਗਈ ਅਸੀਂ ਉਸੇ ਦਿਨ ਤੁਹਾਨੂੰ ਜਾਨਵਰ ਤੁਹਾਡਾ ਅਪਲੋਡ ਹੋ ਜਾਂਦਾ। ਅਤੇ ਬਾਕੀ ਅੱਲਾ ਪਾਕ ਖੈਰ ਕਰੇ ਦੋਸਤੋ। ਡਿਸਕ੍ਰਿਪਸ਼ਨ 'ਚ ਵੀ ਨੰਬਰ ਦਿੱਤੇ ਉਹਨੇ ਸਾਡੀ ਲੋਕੇਸ਼ਨ ਹੈ ਜ਼ਿਲ੍ਹਾ ਸਰਗੋਧਾ ਥਾਣਾ ਜਾਵਰੀਆਂ ਚੱਕ ਹਯਾਤਪੁਰ ਪੰਜਾਬ ਪਾਕਿਸਤਾਨ। ਬੇਰਾ ਇੰਟਰਚੇਂਜ ਵੀ ਨਜ਼ਦੀਕ ਹੈ, ਸਾਲਮ ਇੰਟਰਚੇਂਜ ਵੀ ਦੋਸਤੋ ਨਜ਼ਦੀਕ ਸਾਨੂੰ ਪੈਂਦਾ ਜੀ। ਠੀਕ ਹੋ ਗਿਆ ਜੀ, ਅੱਲਾ ਹਾਫਿਜ਼, ਦੁਆਵਾਂ ਯਾਦ ਰੱਖਿਓ, ਆਪਣਾ ਖਿਆਲ ਰੱਖਿਓ। ਮਾਰਨਾ ਨਹੀਂ।
असलाम वालेकुम। असी ये गां जनाब फैसलाबाद सत्याना रोड के टूल प्लाजे के करीब मछली फार्म के साथ चौधरी गुलाम कादर नूं भेज रहे हैं। अल्लाह पाक गड्डी नूं, इस जानवर नूं, इस ड्राइवर नूं खैर खरीयत नाल अपनी मंजिल मकसूद तक पहुँचाए। अल्लाह पाक गाय खरीदने वाले गाय नसीब करे। असी दुआ दे सकने हैं तो बाकी अगलिया अगलिया के नसीब मिलते हैं। अल्लाह पाक नसीब करे ने जी, बहुत शुक्रिया जी। अस्सलाम वालेकुम। दूसरा गां जिस टाइम जनाब पहुँचे उस वक्त अपनी गां थले बच्चा ला के तो पास कर लेनी। बहुत शुक्रिया जी। अस्सलाम वालेकुम। जनाब अस्सलाम वालेकुम। असी जनाब ये गाय चौधरी कामरान बशीर डोगर साहब नो भेज रहे हैं। अल्लाह पाक उन्हें नसीब करे। अल्लाह पाक एक गड्डी, एक गाय, इस गड्डी का ड्राइवर अल्लाह पाक खैर खरीयत नाल अपनी मंजिल मकसूद तक पहुँचाए। और चौधरी कामरान बशीर डोगर साहब नो एक गाय अल्लाह पाक नसीब करे। बाकी अगलियां नूं अगलियां दे नसीब मिलते ने, असी दुआ दे सकने और जरूर देंगे इंशाल्लाह। अल्लाह नसीब करे ने, अल्लाह पाक खैर खरीयत नाल पहुँचाए ने। बहुत शुक्रिया जी। अस्सलाम वालेकुम।